ਔਰਤ ਦੁਕਾਨਦਾਰ ਨੂੰ, ਭਾਈ ਸਹੀ ਰੇਟ ਲਾਇਆ ਕਰ, ਅਸੀਂ ਹਮੇਸ਼ਾ ਤੇਰੇ ਕੋਲ ਹੀ ਸਮਾਨ ਲੈਨੇ ਆ। ਅੱਗੂ ਦੁਕਾਨਦਾਰ, ਬੀਬੀ ਐਡੀ ਸਿਆਣੀ ਨਾ ਬਣ, ਕੁਛ ਖੁਦਾ ਦਾ ਖੌਫ ਕਰ, ਹਲੇ ਕੱਲ ਹੀ ਤਾਂ ਮੈਂ ਨਵੀਂ ਦੁਕਾਨ ਖੋਲੀ ਏ। ਇੱਕ ਬੰਦੇ ਨੇ ਰਾਤੀ 2 ਵਜੇ ਡਾਕਟਰ ਨੂੰ ਫੋਨ ਕੀਤਾ ਕਿ ਡਾਕਟਰ ਸਾਹਿਬ ਮੈਨੂੰ ਨਾ ਸੌਣ ਦੀ ਬਿਮਾਰੀ ਆ। ਅੱਗੂ ਡਾਕਟਰ ਤੇ ਸਾਲਿਆ, ਇਹ ਬਿਮਾਰੀ ਫੈਲਾ ਕਿਉਂ ਰਿਹਾ? ਕੁੜੀ ਮਾਂ ਨੂੰ, ਮਾਂ ਮੈਂ ਕਾਲੀ ਆ। ਮਾਂ ਨਹੀਂ ਪੁੱਤ। ਕੁੜੀ, ਮਾਂ ਮੈਂ ਮੋਟੀ ਆ। ਮਾਂ ਨਹੀਂ ਮੇਰੀ ਸ਼ਹਿਜ਼ਾਦੀ। ਕੁੜੀ, ਤੇ ਮਾਂ ਲੋਕੀ ਮੈਨੂੰ ਕਿਉਂ ਕਹਿੰਦੇ ਨੇ ਕਿ ਤੂੰ ਮਾਂ ਤੇ ਗਈ ਏ? ਮਾਂ, ਦਫਾ ਹੋ ਜਾ ਕੇ ਲਾਵਾਂ ਜੁੱਤੀ, ਕਾਲੀ ਕਲੋਟੀ ਨਾ ਹੋਵੇ ਤੇ ਫੁੱਫੀ ਤੇ ਗਈ ਏ। ਟ੍ਰੇਨ ਦੇ ਵਿੱਚ ਇੱਕ ਬੰਦੇ ਨੇ ਮੌਲਵੀ ਨੂੰ ਪੁੱਛਿਆ, ਮੌਲਵੀ ਸਾਹਿਬ ਟ੍ਰੇਨ 'ਚ ਸਫ਼ਰ ਕਰਦੇ ਹੋਇਆ ਕਿਹੜੇ ਪਾਸੇ ਮੂੰਹ ਕਰਕੇ ਨਮਾਜ਼ ਪੜ੍ਹਨੀ ਚਾਹੀਦੀ ਏ? ਮੌਲਵੀ, ਬੇਟਾ ਜਿਸ ਪਾਸੇ ਸਮਾਨ ਪਿਆ। ਇੱਕ ਡਾਕਟਰ ਸਰਦਾਰ ਨੂੰ, ਲੈ ਬਈ ਦਵਾਈ 2 ਚਮਚੇ ਸੁਬਹ, 2 ਚਮਚੇ ਦੁਪਹਿਰ, 2 ਚਮਚੇ ਸ਼ਾਮ ਤੇ 2 ਚਮਚੇ ਰਾਤ ਨੂੰ ਲੈਣੇ ਆ। ਅੱਗੂ ਸਰਦਾਰ ਮਸੂਮੀਅਤ ਨਾਲ, ਡਾਕਟਰ ਸਾਹਿਬ ਚਮਚੇ ਘੱਟ ਕਰੋ, ਸਾਡੇ ਘਰ ਏਡੇ ਚਮਚੇ ਨਹੀਂ ਹੈਗੇ। ਇੱਕ ਮੁਰਗਾ ਦੀਵਾਰ ਤੇ ਬੈਠਾ ਆਪਣੇ ਮਾਲਕ ਨੂੰ ਵੇਖ ਰਿਹਾ ਸੀ। ਮਾਲਕ ਬਹੁਤ ਬਿਮਾਰ ਸੀ। ਇੰਨੀ ਦੇਰ ਚ ਮਾਲਕ ਦੀ ਬੀਵੀ ਆਪਣੇ ਸ਼ੋਹਰ ਕੋਲ ਆਈ ਤੇ ਕਹਿੰਦੀ ਕਿ ਤੁਹਾਨੂੰ ਬਹੁਤ ਤੇਜ਼ ਬੁਖਾਰ ਆ, ਕਿਉਂ ਨਾ ਅੱਜ ਤੁਹਾਨੂੰ ਚਿਕਨ ਯਖਨੀ ਪਿਆਵਾਂ? ਇਹ ਕਹਿ ਕੇ ਉਹਨੇ ਮੁਰਗੇ ਵਾਲ ਵੇਖਿਆ। ਇਹ ਸੁਣ ਕੇ ਮੁਰਗਾ ਘਬਰਾ ਗਿਆ। ਉਹਨੇ ਕਿਹਾ, ਬਾਜੀ ਇੱਕ ਵਾਰੀ ਪੈਨਾਡੋਲ ਤੇ ਦੇ ਕੇ ਵੇਖ ਲਾ।